ਜਿਹੜਾ ਬਾਈ ਕੈਮਰੇ ਤੇ ਜਦੋਂ ਮੈਂ ਇਹਨੂੰ ਕੈਮਰਾ ਫੜਾਉਣਾ ਨਾ ਤੇ ਫੜਦਾ ਬਾਅਦ ਵਿੱਚ ਪਹਿਲਾਂ ਕੈਮਰੇ ਨੂੰ ਚੰਗੀ ਤਰ੍ਹਾਂ ਐ ਕਰੂੰ ਐਨ ਸਾਫ ਕਰਕੇ ਫਿਰ ਉਹਨੂੰ ਉਸ ਤੋਂ ਬਾਅਦ ਸਾਫ ਕਰਕੇ ਨਾ ਫਿਰ ਵੀਡੀਓ ਬਣਾਉਣ ਲੱਗਾ ਮੈਂ ਜਦੋਂ ਨੇ ਕੈਮਰਾ ਫੜਿਆ ਜਦੋਂ ਉਹਨੂੰ ਸਾਫ ਕਰਨ ਲੱਗਿਆ ਮੈਂ ਕਿਹਾ ਇੱਕ ਤਾਂ ਤੂੰ ਸਾਫ ਬਹੁਤ ਚੰਗੀ ਤਰ੍ਹਾਂ ਕਰਦਾ ਮੈਂ ਕਿਹਾ ਫਿਰ ਕਿਤੇ ਜਾ ਕੇ ਤੂੰ ਵੀਡੀਓ ਬਣਾਉਣਾ ਮਾੜਾ ਮੋਟਾ ਕੁਛ ਬੰਦਾ ਹੱਥ ਦੰਦਿਆਈ ਤੰਦੂਈ ਵਾਲਾ ਫੜ ਕੇ ਉਹਨੂੰ ਰੱਖਣ ਲੱਗਿਆ ਨਾ ਲਾ ਦਿੰਦਾ ਤੇ ਕਬੂਤਰੀ ਯਾਰ ਬਹੁਤ ਚੰਗੀ ਆ ਜਦੋਂ ਮੈਨੂੰ ਬਾਈ ਨੇ ਵੀਡੀਓ ਔਰ ਫੋਟੋਆਂ ਸੈਂਡ ਕਰੀਆਂ ਤਾਂ ਯਾਰ ਮੇਰਾ ਕਬੂਤਰੀ ਦਾ ਦਿਲ ਆ ਗਿਆ ਮੈਂ ਕਿਹਾ ਤੂੰ ਰੁਕ ਸੀ ਮੈਂ ਤੇਰੇ ਕੋਲ 10-15 ਮਿੰਟਾਂ 'ਚ ਆ ਗਿਆ ਅਤੇ ਲੈ ਕੇ ਜਾਂਦਾ ਕਬੂਤਰੀ ਚੰਗੀ ਬਹੁਤ ਆ ਯਾਰ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਅਤੇ ਤੁਹਾਡਾ ਵੀ ਉਹ ਕਬੂਤਰੀ 'ਤੇ ਦਿਲ ਆ ਜਾਣਾ ਯਾਰ ਅਤੇ ਤੁਸੀਂ ਕਬੂਤਰੀ ਦੇਖਿਓ ਸਹੀ ਕਬੂਤਰੀ ਇੰਨੀ ਚੰਗੀ ਆ ਯਾਰ ਬਹੁਤ ਚੰਗੀ ਕਬੂਤਰੀ ਆ ਮੈਂ ਫਿਰ ਸੋਚਿਆ ਮੈਂ ਕਿਹਾ ਵੀ ਜਾਂ ਬਾਜੀ ਵਾਲੇ ਨਾਲ ਜਾਂ ਆਪਣੇ ਕੋਈ ਇੱਕ ਹੋਰ ਨਾ ਚਿਤਲਾ ਜਾਂ ਕਬੂਤਰ ਬੈਠਾ ਵੀ ਉਹ ਦੋਨਾਂ 'ਚੋਂ ਕਿਸੇ ਇੱਕ ਨਾਲ ਉਹ ਕਬੂਤਰੀ ਦਾ ਜੋੜਾ ਪੇਅਰ ਲਾ ਦਾਂਗੇ ਠੀਕ ਆ ਉਹ ਡਿਸਾਈਡ ਤੁਸੀਂ ਕਰਨਾ ਵੀ ਕਿਹਦੇ ਨਾਲ ਲਾਉਣਾ ਜਿਹਦੇ ਨਾਲ ਤੁਸੀਂ ਕਹੋਗੇ ਫਿਰ ਆਪਾਂ ਉਹਦੇ ਨਾਲ ਆਪਾਂ ਉਹਦਾ ਪੇਅਰ ਲਾ ਦਾਂਗੇ ਚੱਲੀਏ ਫਿਰ ਕਾਹਲੀ ਬਹੁਤ ਆ ਅਤੇ ਜਦੋਂ ਉਹਨੇ ਮੈਨੂੰ ਕਬੂਤਰੀ ਦਿਖਾਈ ਇਹਨਾਂ ਦਾ ਯਾਰ ਮੇਰਾ ਦਿਲ ਆ ਗਿਆ ਮੈਂ ਇਹਨੂੰ ਬਾਈ ਨੂੰ ਕਿਹਾ ਮੈਂ ਬਾਈ ਨੂੰ ਫੋਨ ਕਰਿਆ ਬਾਈ ਜਦੇ ਆ ਗਿਆ ਅਤੇ ਮੈਂ ਕਿਹਾ ਯਾਰ ਚੱਲ ਕਿਤੇ ਆਪਣੇ ਹੱਥ ਦੇ ਆਪਣੇ ਉੱਥੋਂ ਕਿਤੇ ਕਬੂਤਰੀ ਨਿਕਲ ਨਾ ਜਾਵੇ ਨਾ ਕਿਤੇ ਯਾਰ ਕਿਤੇ ਹੋਰ ਚਲੀ ਜਾਵੇ ਅਤੇ ਕਬੂਤਰੀ ਕੱਟ ਕਬੂਤਰੀ ਹੈ ਜੀ ਅਤੇ ਹੁਣ ਆਪਾਂ ਚੱਲਦੇ ਤਾਂ ਚਾਬੀ ਨਹੀਂ ਹੈਗੀ ਚਾਬੀ ਚੱਕ ਰਿਹਾ ਭੱਜ ਗਿਆ ਇੱਕ ਮਿੰਟ ਲਿਆ ਤੇ ਚਾਬੀ ਆਪਾਂ ਚੱਕ ਲਈ ਜੀ ਫਟਾਫਟ ਚੱਲਦੇ ਹਾਂ ਯਾਰ ਲੈ ਕੇ ਆਉਂਦੇ ਹਾਂ ਕਬੂਤਰੀ ਹੈ ਨਾ ਕਿਹਾ ਬਾਈ ਚੱਲੀਏ ਫਿਰ ਇੱਥੇ ਰੋਕ ਲਾ ਆ ਉਹ ਤੇ ਜਿਹੜੀ ਆਪਾਂ ਕਬੂਤਰੀ ਲੈਣ ਆਏ ਸੀ ਕਬੂਤਰੀ ਆਪਾਂ ਲਈ ਜੀ ਲੈ ਠੀਕ ਆ ਅਤੇ ਹੁਣ ਜਿੱਥੋਂ ਆਪਾਂ ਕਬੂਤਰੀ ਲਈ ਆ ਉੱਥੇ ਕਬੂਤਰ ਆ ਲੱਗੇ ਅਤੇ ਤੁਹਾਨੂੰ ਦਿਖਾਉਂਦੇ ਹਾਂ ਯਾਰ ਬੜੇ ਸੋਹਣੇ ਆ ਨਾ ਆਹ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਆ ਪੂੰਛਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਇਹਨਾਂ ਦੀਆਂ ਅਤੇ ਹਾਂਜੀ ਆਪਾਂ ਘਰੇ ਗਏ ਪਹੁੰਚ ਉੱਤੇ ਆਪਾਂ ਕਬੂਤਰੀ ਲੈ ਜਾਂਦੀ ਜੀ ਪਰ ਤੁਹਾਨੂੰ ਯਾਰ ਹਲੇ ਨਹੀਂ ਦਿਖਾਉਣੀ ਹਲੇ ਕਿਉਂ ਨਹੀਂ ਦਿਖਾਉਣੀ ਕਿਉਂਕਿ ਜਿੰਨਾ ਕੁ ਚਿਰ ਸਬਰ ਮੈਂ ਕਰਿਆ ਉਨਾ ਕੁ ਚਿਰ ਸਬਰ ਤੁਸੀਂ ਵੀ ਕਰੋ ਯਾਰ ਅਤੇ ਇੱਕ ਗੱਲ ਹੋਰ ਨਾ ਯਾਰ ਪਹਿਲਾਂ ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਡਿਸਾਈਡ ਯਾਰ ਇੱਕ ਗੱਲ ਦੇਖਿਆ ਤੁਸੀਂ ਲੱਖੇ ਕਬੂਤਰ ਕਿੰਨੇ ਸੋਹਣੇ ਸੀ ਨਾ ਅਤੇ ਯਾਰ ਮੈਂ ਸੋਚਿਆ ਨਾ ਮੈਂ ਕਿਹਾ ਵੀ ਉੱਦਾਂ ਦਾ ਕੋਈ ਜੋੜਾ ਆਪਾਂ ਲੈ ਕੇ ਆਈਏ ਤਾਂ ਜੋ ਆਪਣੇ ਵੀ ਉਹ ਸੋਹਣੇ ਸੋਹਣੇ ਜਿਹੇ ਫਿਰ ਬੱਚੇ ਹੋਣ ਦੇਖਿਆ ਕਿੱਡੇ ਕਿੱਡੇ ਏਡੇ ਏਡੇ ਲੱਖੇ ਕਬੂਤਰ ਸੀ ਹੈ ਨਾ ਵੀ ਜੇ ਪਹਿਲਾਂ ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਡਿਸਾਈਡ ਕਰੋ ਨਾ ਤੁਸੀਂ ਵੀ ਕਿਹੜੀ ਕਬੂਤਰੀ ਵੀ ਕਿਹੜੇ ਆਪਾਂ ਕਬੂਤਰ ਨਾਲ ਜੋੜਾ ਲਾਈਏ ਕਿਉਂਕਿ ਇੱਕ ਆਪਣੇ ਕੋਲ ਬਾਜੀ ਵਾਲਾ ਅਤੇ ਇੱਕ ਹੋਰ ਕਬੂਤਰ ਜਿਹਦੇ ਮਾੜਾ ਮਾੜਾ ਹੈ ਨਾ ਦਾਗ ਜਿਹਨੇ ਵੀ ਇੱਕ ਉਹ ਕਬੂਤਰ ਦੋਨਾਂ ਵਿੱਚੋਂ ਦੱਸੋ ਕਿਹਦੇ ਨਾਲ ਜੋੜਾ ਲਾਈਏ ਪਰ ਹੁਣ ਮੈਂ ਯਾਰ ਡਿਸਾਈਡ ਕਰਿਆ ਨਾ ਅਤੇ ਮੈਨੂੰ ਲੱਗਦਾ ਕਿਉਂਕਿ ਇਹ ਕਬੂਤਰੀ ਦੀਆਂ ਜਿਹੜੀਆਂ ਅੱਖਾਂ ਨੇ ਬਿਲਕੁਲ ਯਾਰ ਹੈ ਨਾ ਆਪਣੇ ਬਾਜੀ ਵਾਲੇ ਕਬੂਤਰ ਨਾਲ ਦੀਆਂ ਬਿਲਕੁਲ ਸੇਮ ਅੱਖਾਂ ਇਹਦੀਆਂ ਉੱਦਾਂ ਦੀਆਂ ਹੀ ਨੇ ਜਿੱਦਾਂ ਦੀ ਆਪਣੇ ਬਾਜੀ ਵਾਲੇ ਕਬੂਤਰ ਦੀਆਂ ਨੇ ਅਤੇ ਹੁਣ ਮੈਂ ਤੁਹਾਨੂੰ ਕਬੂਤਰੀ ਦਿਖਾ ਦਿੰਦਾ ਜੀ ਅਤੇ ਤੁਸੀਂ ਵੀ ਇੰਤਜ਼ਾਰ ਵੈਸੇ ਬਹੁਤ ਕਰ ਲਿਆ ਅਤੇ ਕਬੂਤਰੀ ਚੈੱਕ ਕਰੋ ਅਤੇ ਆਹ ਕਬੂਤਰੀ ਦੀਆਂ ਅੱਖਾਂ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਠੀਕ ਆ ਅਤੇ ਆਹ ਜਿਹੜੀ ਨੋਜ਼ ਆ ਇਹਦੀ ਇੰਨੀ ਕੁ ਬਲੈਕ ਆ ਅਤੇ ਅੱਗੇ ਥੋੜ੍ਹੀ ਜਿਹੀ ਰੈੱਡ ਆ ਜਾਂਦੀ ਆ ਅਤੇ ਆਹ ਵੀ ਅੱਖ ਵਾਈਟ ਠੀਕ ਆ ਜੀ ਅਤੇ ਆਹ ਇਹਦੇ ਪੰਜੇ ਨੇ ਠੀਕ ਆ ਅਤੇ ਆਹ ਇਹ ਖੰਭ ਨਹੀਂ ਖੰਭ ਹੀ ਦਿਖਾ ਦਈਏ ਯਾਰ ਅਤੇ ਕੱਟ ਕਰੀ ਹੋਈ ਹੈ ਜੀ ਬਸ ਪੁੱਤ ਬਸ ਬਸ ਅਤੇ ਯਾਰ ਪਤਾ ਕੀ ਹੋਇਆ ਇਹ ਜਿਹੜੀ ਕਬੂਤਰੀ ਆ ਇਹ ਕਿਸੇ ਦੇ ਘਰੇ ਬੈਠੀ ਹੋਊ ਨਾ ਅਤੇ ਉੱਥੋਂ ਉੱਡ ਕੇ ਆ ਕੇ ਉਹ ਜਿੱਥੋਂ ਆਪਾਂ ਲੈ ਕੇ ਆਉਂਦੀ ਉਹ ਗੁਰਦੁਆਰਾ ਸਾਹਿਬ 'ਚ ਗਿਰ ਗਈ ਅਤੇ ਉੱਥੋਂ ਆਪਣੇ ਬਾਈ ਨੇ ਲਈ ਚੱਕ ਉਹਨੇ ਮੈਨੂੰ ਫੋਨ ਕਰਤਾ ਕਹਿੰਦਾ ਵੀ ਕਬੂਤਰੀ ਆ ਕਹਿੰਦਾ ਬਹੁਤ ਚੰਗੀ ਕਬੂਤਰੀ ਆ ਵੀ ਤੂੰ ਆ ਕੇ ਮੇਰੇ ਕੋਲੋਂ ਲੈ ਜਾ ਅਤੇ ਫਿਰ ਆਪਾਂ ਗਏ ਅਤੇ ਜਦੇ ਜਾ ਕੇ ਆਪਾਂ ਕਬੂਤਰੀ ਲੈ ਆਉਂਦੀ ਲੈ ਜੀ ਠੀਕ ਆ ਅਤੇ ਕਬੂਤਰੀ ਦਾ ਬਾਕੀ ਤੁਸੀਂ ਮੈਨੂੰ ਦੱਸ ਦਿਓ ਪਰ ਜਿੱਥੇ ਤੱਕ ਮੈਂ ਡਿਸਾਈਡ ਕਰਿਆ ਨਾ ਵੀ ਇਹਦਾ ਜੋੜਾ ਆਪਾਂ ਬਾਜੀ ਵਾਲੇ ਕਬੂਤਰ ਨਾਲ ਲਾ ਦਿੰਦੇ ਹਾਂ ਕਿਉਂਕਿ ਫਿਰ ਬੱਚੇ ਯਾਰ ਬੜੇ ਸੋਹਣੇ ਆਉਣਗੇ ਕਿਉਂਕਿ ਅੱਖਾਂ ਇਹਨਾਂ ਦੀਆਂ ਦੋਨੋਂ ਸੇਮ ਨੇ ਆਪਾਂ ਬਾਕੀ ਤੁਹਾਨੂੰ ਬਾਜੀ ਵਾਲਾ ਕਬੂਤਰ
ਕਬੂਤਰ ਵੀ ਇੱਕ ਵਾਰ ਚੈੱਕ ਕਰਾ ਦਿੰਦੇ ਆ ਤੇ ਬਾਕੀ ਜੇ ਤੁਸੀਂ ਕਹੋਗੇ ਵੀ ਨਹੀਂ ਯਾਰ ਬਾਈ ਇੱਕ ਹੋਰ ਕਬੂਤਰ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਉਹਦੇ ਨਾਲ ਜੋੜਾ ਲਾਉਣਾ ਜੇ ਤੁਸੀਂ ਉਹਦੇ ਨਾਲ ਕਹੋਗੇ ਤਾਂ ਆਪਾਂ ਉਹਦੇ ਨਾਲ ਲਾ ਦਾਂਗੇ ਜੇ ਇਹਨੂੰ ਆਪਾਂ ਉਹ 'ਚ ਕਾਹ 'ਚ ਲਹਿਜ਼ਾ ਰੱਖਣੇ ਪੈਣਗੇ ਕਿ ਕਾਹ 'ਚ ਰੱਖਾਂਗੇ ਇਹਨੂੰ ਹਜੇ ਪਹਿਲਾਂ ਖੁੱਲ੍ਹੀ ਛੱਡ ਦੇ ਮੇਲ ਪਾਊ ਫਿਰ ਆਪਾਂ ਇਹਨੂੰ ਜੇ ਬੰਦ ਕਰ ਦਾਂਗੇ ਐ ਕਰਦੇ ਆਪਣੇ ਕੋਲ ਛਤਰੀ ਪਈ ਆ ਛਤਰੀ ਤੇ ਆਪਾਂ ਤੁਹਾਨੂੰ ਮੈਂ ਛਤਰੀ ਵੀ ਦਿਖਾਈ ਨੀ ਸੀ ਨਾ ਤੇ ਤੁਸੀਂ ਓਦਾਂ ਛਤਰੀ ਦੇਖੀ ਵੈਸੇ ਉਹਤੇ ਨੀਲਾ ਕੱਪੜਾ ਲੱਗਿਆ ਹੋਇਆ ਨਹੀਂ ਸੀ ਦੇਖਿਆ ਜੀ ਇਹਦੇ ਵਿੱਚ ਤਾੜ ਦਿੰਦੇ ਆ ਹਨਾ ਇਹਦੇ ਵਿੱਚ ਬੈਠੇ ਰਹਿਣਗੇ ਤੇ ਆਹ ਆਪਾਂ ਪਿੰਜਰਾ ਹਨਾ ਜਿਹੜਾ ਆਪਾਂ ਬਣਾ ਕੇ ਲੈ ਕੇ ਆਏ ਸੀ ਤੇ ਉਹ ਆਪਾਂ ਲਿਆ ਜੀ ਚੱਕ ਠੀਕ ਆ ਤੇ ਇਹਦੇ ਵਿੱਚ ਯਾਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਆਪਾਂ ਦੋਵੇਂ ਇਕੱਠੇ ਛੱਡ ਦਾਂਗੇ ਤੇ ਜੋ ਇਹਨਾਂ ਦਾ ਜੋੜਾ ਹੋਊਗਾ ਯਾਰ ਪੈ ਜੂਗਾ ਤੇ ਹਨਾ ਵੀ ਇਹਦੇ ਵਿੱਚ ਕਿਉਂਕਿ ਬੈਠੇ ਰਹਿਣਗੇ ਇਹਦੇ ਵਿੱਚ ਬਾਜੀ ਵਾਲਾ ਕਬੂਤਰ ਤੇ ਇਹਦੇ ਹਨਾ ਯਾਰ ਮੈਨੂੰ ਬੱਚਿਆਂ ਇੰਨਾ ਐਂ ਲੱਗਦਾ ਵੀ ਬਾਲੇ ਸਿਰੇ ਆਉਣਗੇ ਬਾਲੇ ਸੋਹਣੇ ਬੱਚੇ ਆਉਣ ਛੱਡਦੇ ਇਹਦੇ ਵਿੱਚ ਹੁਣ ਕਿਹਦੇ ਵਿੱਚ ਹਾਂ ਇਹਦੇ ਵਿੱਚ ਛੱਡਦੀ ਛੱਡਦੇ ਤੇ ਹਾਂ ਇੱਕ ਤੁਸੀਂ ਕਬੂਤਰੀ ਬਾਕੀ ਚੈੱਕ ਕਰ ਲਓ ਮੇਰੇ ਹੱਥਾਂ 'ਚ ਕੱਦੀ ਫੜੀ ਹੋਈ ਇਹਦੇ ਮੈਨੂੰ ਲੱਗਦਾ ਵਿਚਾਰੀ ਦੇ ਪੈਰ ਸੌਂ ਗਏ ਹਨਾ ਪੈਰ ਸੌਂ ਗਏ ਹਲੇ ਹੌਲੀ ਹੌਲੀ ਕਰਕੇ ਚੁਸਤ ਜੀ ਹੋਜੂ ਤੇ ਤੁਸੀਂ ਕਬੂਤਰੀ ਚੈੱਕ ਕਰੋ ਕਿੱਦਾਂ ਦੀ ਕਬੂਤਰੀ ਹੈ ਜੀ ਕਬੂਤਰੀ ਲੰਬੀ ਦੇਖ ਪਿੱਛੇ ਨੂੰ ਕਿੰਨੀ ਆ ਹਨਾ ਦੇਖ ਹਨਾ ਤੇ ਜਿਹੜੀ ਆਪਣੀ ਕਬੂਤਰੀ ਹੈ ਜੀ ਕੈਮਰਾ ਸਿੱਧਾ ਕਰ ਲਓ ਆਪਣੀ ਕਬੂਤਰੀ ਹੈ ਨਾ ਕਬੂਤਰੀ ਪਿੱਛੇ ਨੂੰ ਦੇਖੋ ਜੀ ਕਿੰਨੀ ਲੰਬੀ ਆ ਯਾਰ ਪਿੱਛੇ ਨੂੰ ਮੈਨੂੰ ਲੱਗਦਾ ਤਕਰੀਬਨ ਪੂਰੇ ਗਿੱਟ ਦੀ ਕਬੂਤਰੀ ਹੋਊ ਬਾਹਲੀ ਚੰਗੀ ਕਬੂਤਰੀ ਲੱਗਦੀ ਹੈ ਬਾਕੀ ਤੁਸੀਂ ਮੈਨੂੰ ਇੱਕ ਕਮੈਂਟ ਕਰਕੇ ਇਹ ਜ਼ਰੂਰ ਦੱਸ ਦਿਓ ਵੀ ਯਾਰ ਜਿਹੜੀ ਇਹ ਕਬੂਤਰੀ ਹੈ ਕਿੱਦਾਂ ਦੀ ਕਬੂਤਰੀ ਹੈ ਜੇ ਤੁਹਾਨੂੰ ਪਸੰਦ ਆਈ ਤਾਂ ਮੈਨੂੰ ਦੱਸ ਦਿਓ ਵੀ ਹਾਂ ਯਾਰ ਬਾਈ ਕਬੂਤਰੀ ਬਾਹਲੀ ਸੋਹਣੀ ਆ ਅਤੇ ਵੈਸੇ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਯਾਰ ਅਤੇ ਇਹਦਾ ਜਦੋਂ ਜੋੜਾ ਆਪਾਂ ਬਾਜੀ ਵਾਲੇ ਕਬੂਤਰ ਨਾਲ ਲਾ ਦੇਣਾ ਨਾ ਤਾਂ ਫਿਰ ਜਿਹੜੀ ਗੱਲਬਾਤ ਆ ਪੂਰੀ ਐਂਡ ਹੋ ਜਾਣੀ ਆ ਅਤੇ ਹੁਣ ਆਪਾਂ ਇਹਨੂੰ ਲੈ ਕੇ ਚੱਲਦੇ ਹਾਂ ਉੱਧਰ ਠੀਕ ਹੈ ਜੀ ਤੇ ਅਸੀਂ ਅੰਦਰ ਆਏ ਯਾਰ ਕਬੂਤਰੀ ਲੈ ਕੇ ਨਾ ਤੇ ਆ ਕੇ ਦੇਖਿਆ ਮੁਰਗੀ ਬਾਹਰ ਇੰਨਾ ਸ਼ੁਕਰ ਆਪਣੇ ਬੱਚੇ ਠੀਕ ਨੇ ਤੇ ਬੱਚੇ ਏਦਾਂ ਦਾ ਹੀ ਹੈ ਪਹਿਲਾਂ ਦੀ ਤੇ ਜਿਸ ਦਿਨ ਦਾ ਨਾ ਇੱਕ ਜਿਹੜਾ ਆਪਣਾ ਜਿਹੜਾ ਬੱਚਾ ਸੀ ਨਾ ਮੁਰਗੀ ਦਾ ਲੰਬਾ ਪੈ ਗਿਆ ਸੀ ਯਾਰ ਉਸ ਦਿਨ ਤੋਂ ਇਹਦੀ ਜਿਹੜੀ ਗਰਦਨ ਆ ਨਾ ਥੋੜ੍ਹੀ ਜਿਹੀ ਵਿੰਗੀ ਹੋ ਗਈ ਤੇ ਥੋੜ੍ਹੀ ਜਿਹੀ ਗਰਦਨ ਨੂੰ ਇੱਦਾਂ ਰੱਖਦਾ ਪਤਾ ਨਹੀਂ ਯਾਰ ਕਿਉਂ ਰੱਖਦਾ ਪਰਮਾਤਮਾ ਅੱਗੇ ਅਰਦਾਸ ਆ ਵੀ ਪਰਮਾਤਮਾ ਇਹਦੀ ਗਰਦਨ ਛੇਤੀ ਕਰ ਦੇਣੀ ਇਹਨੂੰ ਵੱਡੇ ਹੋਏ ਨੂੰ ਬਹੁਤ ਔਖਾ ਹੋ ਜਾਣਾ ਤੇ ਜਦੋਂ ਅਸੀਂ ਆਏ ਯਾਰ ਆਹ ਦੇਖੋ ਤੁਸੀਂ ਮੁਰਗੀ ਆਪਣੀ ਬਾਹਰ ਨਿਕਲੀ ਫਿਰਦੇ ਨਿਕਲੀ ਕਿੱਥੇ ਜੀ ਕਿਉਂਕਿ ਆਹ ਗੇਟ ਵੀ ਲੱਗਿਆ ਹੋਇਆ ਇੱਥੇ ਜੀ ਨਿਕਲਾ ਹੀ ਹੈ ਨਾ ਇੰਨੀ ਜਗ੍ਹਾ 'ਚ ਨਿਕਲੀ ਥੋੜ੍ਹੀ ਜਿਹੀ ਜਗ੍ਹਾ 'ਚ ਹੈ ਇਹਨੂੰ ਅੰਦਰ ਕਰਨਾ ਪੈਣਾ ਯਾਰ ਮੈਂ ਕਰ ਦਿੰਦਾ ਇਹਨੂੰ ਅੰਦਰ ਆਪਣੇ ਜਿਹੜੇ ਮੁਰਗੀ ਦੇ ਬੱਚੇ ਇਹਨਾਂ ਨੂੰ ਕੁਛ ਨੀ ਕਿਹਾ ਤੇ ਯਾਰ ਸੱਟ ਪੇਟ ਮਾਰਦੇ ਤਾਂ ਬਹੁਤ ਔਖਾ ਇਹਨਾਂ ਦੀ ਆਵੀ ਤੇ ਇਹ ਨਾ ਜਿਹੜੀ ਆਪਣੀ ਮੁਰਗੀ ਹੈ ਉਹਦਾ ਮੂੰਹ ਜਿਹਾ ਖੁੱਲ ਕੇ ਉੱਡਣਾ ਜਾਵੇ ਨਹੀਂ ਤੇ ਜਿਹੜਾ ਹੈ ਨਾ ਇਹ ਜਿਹੜਾ ਮੁਰਗੀ ਬਾਹਰ ਨਿਕਲੀ ਆ ਇਹ ਇੰਨੀ ਕੁ ਜਗ੍ਹਾ ਥੋੜ੍ਹੀ ਜਿਹੀ ਜਗ੍ਹਾ ਨਾ ਆ ਦਿਖਾਈ ਤੇ ਆਹ ਇੰਨੀ ਕੁ ਜਗ੍ਹਾ ਨਾ ਉਹ ਰਹਿ ਗਈ ਯਾਰ ਖਾਲੀ ਆ ਇਹਦੇ ਆਪਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ ਇੱਥੋਂ ਜੀ ਐਂ ਨਿਕਲੇ ਆਉਂਦੀ ਹੈ ਨਾ ਤੇ ਇੱਥੋਂ ਜੀ ਨਿਕਲੇ ਆਉਂਦੀ ਹੈ ਇਹਦਾ ਕੋਈ ਨਾ ਕੋਈ ਆਪਾਂ ਨੂੰ ਹੱਲ ਕਰਨਾ ਪੈਣਾ ਜੀ ਕਿਉਂਕਿ ਯਾਰ ਫਿਰ ਡਰ ਆ ਨਾ ਬਾਹਰ ਨਿਕਲੇ ਹੋਰ ਕਿਤੇ ਬੱਚਿਆਂ ਨੂੰ ਮਾਰੇ ਹੁਣ ਤਾਂ ਆਪਾਂ ਆ ਗਏ ਨਹੀਂ ਤਾਂ ਆਪਾਂ ਸ਼ਾਮੀ ਆਉਣਾ ਸੀ ਤੇ ਇੱਕ ਅੱਧੇ ਬੱਚੇ ਨੂੰ ਮਾਰਿਆ ਹੁੰਦਾ ਤਾਂ ਬਹੁਤ ਯਾਰ ਕੰਮ ਗਲਤ ਹੋ ਜਾਣਾ ਸੀ ਨਾ ਤੇ ਹੁਣ ਆਪਾਂ ਇੱਦਾਂ ਕਰਦੇ ਹਾਂ ਇਹਦਾ ਵੀ ਕੋਈ ਨਾ ਕੋਈ ਹੱਲ ਕਰਦੇ ਹਾਂ ਕੁਛ ਨਾ ਕੁਛ ਉਹਦੇ ਲਾਉਂਦੇ ਹਾਂ ਆਪਣੇ ਜਾਲੀ ਥੋੜ੍ਹੀ ਜੀ ਜਾਂ ਇੱਥੋਂ ਹੀ ਨਾ ਵੱਢ ਕੇ ਥੋੜ੍ਹੀ ਜਿਹੀ ਜਾਲੀ ਆ ਵਾਧੂ ਐਕਸਟਰਾ ਪਈ ਆ ਹਨਾ ਇੱਥੋਂ ਹੀ ਥੋੜ੍ਹੀ ਜਿਹੀ ਜਾਲੀ ਇੰਨੀ ਕੁ ਵੱਢ ਕੇ ਡਬਲ ਕਰ ਹਨਾ ਇਹ ਜਾਲੀ ਆਪਾਂ ਨੂੰ ਇੱਥੇ ਲਾਉਣੀ ਪੈਣੀ ਆ ਕਿਉਂਕਿ ਯਾਰ ਐਵੇਂ ਤੇ ਹੁਣ ਤੁਹਾਨੂੰ ਦਿਖਾ ਦਈਏ ਆਪਾਂ ਜਿਹੜਾ ਆਪਣਾ ਬਾਜੀ ਵਾਲਾ ਕਬੂਤਰ ਆ ਜਿਹਦੇ ਨਾਲ ਆਪਾਂ ਜੋੜਾ ਲਾਉਣਾ ਹਨਾ ਤੇ ਇੱਕ ਕਬੂਤਰ ਦਾ ਜੀ ਉਹ ਬੈਠਾ ਆਹ ਜਿਹੜਾ ਮੂਰੀ ਆ ਇੱਕ ਤਾਂ ਇਹ ਕਬੂਤਰ ਆਪਣਾ ਖਾਲੀ ਬੈਠਾ ਨਾ ਇਹਦੇ ਨਾਲ ਕਿਸੇ ਵੀ ਇਹਦੀ ਕੋਈ ਵੀ ਪਾਰਟਨਰ ਆ ਜਿਹੜੀ ਹੈ ਨਹੀਂ ਗੀ ਯਾਰ ਮੇਰੇ ਸੱਟ ਲੱਗੀ ਤਾਰ ਵੜ ਗਈ ਤਾਰ ਲੱਗੀ ਹੈ ਨਾ ਤਾਰ ਲੱਗੀ ਮੈਂ ਵੀ ਕਿਹਾ ਯਾਰ ਦਰਦ ਕਾਹਦਾ ਹੋਈ ਜਾਂਦਾ ਹੈ ਤੇ ਇਹਦੀ ਯਾਰ ਕੋਈ ਪਾਰਟਨਰ ਹੈ ਨਹੀਂ ਗੀ ਤੇ ਇਹਦੀ ਆਪਾਂ ਪਾਰਟਨਰ ਜਲਦੀ ਲੈ ਕੇ ਆਵਾਂਗੇ ਤੇ ਬਾਜੀ ਵਾਲੇ ਕਬੂਤਰ ਦੀ ਪਾਰਟਨਰ ਗਈ ਆ ਤੇ ਇਹ ਬਾਜੀ ਵਾਲਾ ਕਬੂਤਰ ਆਪਣਾ ਕਿੱਥੇ ਆ ਨਹੀਂ ਨਹੀਂ ਆਹ ਬੈਠਾ
ਤੇ ਬਾਜੀ ਵਾਲਾ ਕਬੂਤਰ ਆਪਣਾ ਉਹ ਬੈਠਾ ਜੀ ਗੁੜ ਕਰਿਆ ਉਹਨੂੰ ਹੁਣ ਆਪਾਂ ਫੜਨਾ ਤੇ ਫੜ ਕੇ ਤੇ ਫੜ ਕੇ ਤੁਹਾਨੂੰ ਇੱਕ ਵਾਰ ਚੈੱਕ ਕਰਾ ਦਿੰਦੇ ਹਾਂ ਵੀ ਇਹਨਾਂ ਦੋਨਾਂ ਦਾ ਜੋੜਾ ਕਿੱਦਾਂ ਰਹੂਗਾ ਜੇ ਐਨ ਨਾ ਤੁਹਾਨੂੰ ਲੱਗਿਆ ਵੀ ਐਨ ਓਕੇ ਆ ਜੋੜਾ ਤਾਂ ਫਿਰ ਮੈਂ ਤੁਹਾਨੂੰ ਚੱਕ ਕੇ ਚੰਗੀ ਤਰ੍ਹਾਂ ਚੈੱਕ ਕਰਾਉਣਾ ਜੇ ਤੁਸੀਂ ਕਿਹਾ ਵੀ ਹਾਂ ਬਾਈ ਪਰਫੈਕਟ ਆ ਜੋੜਾ ਓਕੇ ਆ ਗੱਲਬਾਤ ਐਂਡ ਆ ਫਿਰ ਆਪਾਂ ਇਹਨਾਂ ਦਾ ਜੋ ਜੋੜਾ ਹੋਊਗਾ ਲਾ ਦਾਂਗੇ ਯਾਰ ਹਨਾ ਤੇ ਮੈਨੂੰ ਬਹੁਤ ਯਾਰ ਖੁਸ਼ੀ ਹੋਈ ਇੰਨੀ ਵਧੀਆ ਕਬੂਤਰੀ ਆਪਣੇ ਕਰਮਾਂ ਦੇ ਵਿੱਚ ਸੀ ਆਪਾਂ ਨੂੰ ਮਿਲ ਗਈ ਪਰ ਮੈਨੂੰ ਜਿੱਥੇ ਤੱਕ ਲੱਗਦਾ ਮੈਨੂੰ ਵਧੀਆ ਲੱਗਦਾ ਜੇ ਤੁਸੀਂ ਕਹੋਗੇ ਵੀ ਬਾਈ ਹਾਂ ਕਬੂਤਰੀ ਚੰਗੀ ਆ ਸੋਹਣੀ ਆ ਫਿਰ ਤਾਂ ਮੈਨੂੰ ਐਨ ਵਾਹਲੀ ਖੁਸ਼ੀ ਹੋਊ ਯਾਰ ਮੈਨੂੰ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿਣਾ ਫਿਰ ਬਹੁਤ ਜ਼ਿਆਦਾ ਖੁਸ਼ੀ ਹੋਊ ਅਤੇ ਇਹਦਾ ਯਾਰ ਜਿਹੜਾ ਆਪਾਂ ਬਾਜੀ ਵਾਲਾ ਕਬੂਤਰ ਫੜਨਾ ਇਹਨੂੰ ਫੜੀਏ ਕਿਵੇਂ ਅਤੇ ਹੁਣ ਇੱਦਾਂ ਕਰਦੇ ਹਾਂ ਜੀ ਅਤੇ ਅਸੀਂ ਹੈ ਨਾ ਅਤੇ ਬਾਜੀ ਵਾਲਾ ਕਬੂਤਰ ਸਾਨੂੰ ਫੜ ਲੈਣ ਤੋਂ ਫੜ ਕੇ ਫਿਰ ਮੈਂ ਤੁਹਾਨੂੰ ਦੋਨਾਂ ਦਾ ਜੋੜਾ ਦਿਖਾਉਣਾ ਅਤੇ ਚੈੱਕ ਕਰਿਓ ਇੱਕ ਯਾਰ ਹੋਰ ਗੱਲ ਹੈ ਨਾ ਅਤੇ ਜਿਹੜੀ ਆਪਣੀ ਆਹ ਕਬੂਤਰੀ ਆ ਯਾਰ ਇੱਕ ਆਹ ਕਬੂਤਰੀ ਹੈ ਨਾ ਆਹ ਕਬੂਤਰੀ ਆ ਅਤੇ ਇਹਦਾ ਜੋੜਾ ਯਾਰ ਕਿਸੇ ਵੀ ਕਬੂਤਰ ਨਾਲ ਨਹੀਂ ਸੀ ਇਹਨੇ ਪਤਾ ਕੀ ਕਰਿਆ ਇਹਨੇ ਲੱਕੇ ਕਬੂਤਰ ਨਾਲ ਜੋੜਾ ਪਾ ਲਿਆ ਆਹ ਵਾਲੇ ਨਾਲ ਅਤੇ ਹੁਣ ਜਦੋਂ ਅੱਗੇ ਨਾ ਬੱਚਿਆਂ ਦੀ ਗੱਲਬਾਤ ਹੋਊ ਯਾਰ ਹੈ ਨਾ ਬੱਚੇ ਥੋੜ੍ਹੇ ਜਿਹੇ ਮਿਕਸ ਜਿਹੇ ਨਿਕਲਣਗੇ ਵਧੀਆ ਗੱਲ ਨਹੀਂ ਹੋਣੀ ਹੈ ਨਾ ਅਤੇ ਮੈਂ ਸੋਚਦਾ ਵੀ ਇਹ ਕਬੂਤਰੀ ਦਾ ਆਪਾਂ ਕੀ ਹੱਲ ਕਰੀਏ ਯਾਰ ਮੈਨੂੰ ਸਮਝ ਨਹੀਂ ਆਉਂਦਾ ਮੈਂ ਤਾਂ ਇੱਕ ਗੱਲ ਸੋਚੀ ਆ ਵੀ ਨਹੀਂ ਆਪਾਂ ਕਬੂਤਰੀ ਕਿਸੇ ਨੂੰ ਦੇ ਦਿੰਦੇ ਹਾਂ ਮੈਨੂੰ ਇੱਕ ਆੜੀ ਮਿੱਤਰ ਮੇਰਾ ਕਹਿਣ ਆਇਆ ਸੀ ਉਹ ਕਹਿੰਦਾ ਸੀ ਯਾਰ ਜਵਾਕ ਆ ਵਿਚਾਰਾ ਕਹਿੰਦਾ ਸੀ ਯਾਰ ਕਹਿੰਦਾ ਵੀਰੇ ਇੱਕ ਕਬੂਤਰੀ ਦੇ ਦੇ ਨਹੀਂ ਇੱਕ ਕਬੂਤਰੀ ਇਹ ਉਹਨੂੰ ਦੇ ਦਿੰਦੇ ਹਾਂ ਕਿਉਂਕਿ ਅੱਗੇ ਜਿਹੜੇ ਬੱਚੇ ਹੋਣਗੇ ਮਿਕਸ ਹੋ ਜਾਣਗੇ ਆਪਾਂ ਲੱਕੇ ਕਬੂਤਰ ਲਈ ਕੋਈ ਜਿੱਦਾਂ ਦੇ ਤੁਸੀਂ ਹੈ ਨਾ ਲੱਕੇ ਕਬੂਤਰ ਦੇਖੇ ਆ ਉੱਦਾਂ ਦੀ ਕੋਈ ਕਬੂਤਰੀ ਲੈ ਕੇ ਆਵਾਂਗੇ ਯਾਰ ਵਧੀਆ ਜੀ ਸੋਹਣੀ ਜੀ ਨਾ ਅਤੇ ਇਹਦੇ ਨਾਲ ਤਾਂ ਯਾਰ ਇਹਦਾ ਕੰਮ ਆ ਜੋ ਗਲਤ ਹੋ ਜਾਣਾ ਨਾ ਅਟੈਚਮੈਂਟ ਗਲਤ ਆ ਅਤੇ ਇਹਨਾਂ ਦਾ ਜੋ ਜੋੜ ਇੱਕ ਬਾਈ ਦਾ ਮੈਨੂੰ ਕਮੈਂਟ ਆਇਆ ਬਾਈ ਦਾ ਕਮੈਂਟ ਆਇਆ ਜੀ ਬਾਈ ਮੈਨੂੰ ਕਹਿੰਦਾ ਕਹਿੰਦਾ ਭਰਾਵਾ ਤੇਰੇ ਲੱਕਾ ਕਬੂਤਰ ਆ ਉਹਦਾ ਇੱਕ ਕਬੂਤਰੀ ਨਾਲ ਜੋੜਾ ਯਾਰ ਮੈਂ ਬਾਈ ਦੀ ਜੱਜਮੈਂਟ ਨੂੰ ਮੰਨ ਗਿਆ ਉਸ ਦਿਨ ਤੋਂ ਮੈਂ ਨਿਗਾਹ ਰੱਖੀ ਅਤੇ ਬਾਕੀ ਮੈਨੂੰ ਲੱਗਿਆ ਵੀ ਇਹਦਾ ਜੋ ਜੋੜਾ ਬਾਕੀ ਜੋੜਾ ਹੈਗਾ ਯਾਰ ਉਹ ਬਾਈ ਦੀ ਜੋ ਜੱਜਮੈਂਟ ਆ ਨਾ ਮੈਂ ਬਾਈ ਦੀ ਜੱਜਮੈਂਟ ਨੂੰ ਮੰਨ ਗਿਆ ਵੀਡੀਓ 'ਤੇ ਜਦੋਂ ਮੈਂ ਇੱਦਾਂ ਆਪਾਂ ਕਬੂਤਰ ਦਿਖਾਉਂਦੇ ਹਾਂ ਉਹ ਬਾਈ ਨੇ ਵੀਡੀਓ ਦੇ ਉੱਪਰ ਹੀ ਜੱਜ ਕਰ ਲਿਆ ਵੀ ਇਹਦਾ ਇਹਨਾਂ ਦਾ ਜੋ ਜੋੜਾ ਅਤੇ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਜੀ ਹੈ ਨਾ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਇਹ ਪਹਿਲ ਬਾਈ ਨੂੰ ਯਾਰ ਮੈਂ ਬਾਈ ਤੇਰੀ ਜਿਹੜੀ ਤੇਰਾ ਦਿਮਾਗ ਆ ਤੇਰੀ ਸੋਚ ਆ ਨੂੰ ਮੈਂ ਸਲੂਟ ਕਰਦਾ ਯਾਰ ਅਤੇ ਹੈ ਨਾ ਕਬੂਤਰ ਜਦੋਂ ਆਪਾਂ ਦਿਖਾਉਂਦੇ ਹਾਂ ਦੇਖੇ ਤੇ ਤੈਨੂੰ ਪਤਾ ਲੱਗ ਗਿਆ ਵੀ ਇਹਨਾਂ ਦਾ ਜੋੜਾ ਅਤੇ ਉਹ ਬਾਈ ਨੇ ਹੈ ਨਾ ਅਤੇ ਇਹਨਾਂ ਦਾ ਯਾਰ ਤੁਸੀਂ ਮੈਨੂੰ ਬਾਕੀ ਕਮੈਂਟ ਕਰਕੇ ਦੱਸ ਦਿਓ ਵੀ ਯਾਰ ਆਪਾਂ ਕੀ ਕਰੀਏ ਨਾ ਅਤੇ ਮੈਨੂੰ ਤਾਂ ਕੋਈ ਇਹ ਜੋੜੇ ਦੀ ਯਾਰ ਸਮਝ ਨਹੀਂ ਆ ਰਹੀ ਅਤੇ ਜਿਹੜਾ ਬਾਜੀ ਵਾਲਾ ਕਬੂਤਰ ਆ ਜਿੱਦਣ ਦਾ ਆਪਾਂ ਫੜਿਆ ਯਾਰ ਉੱਦਣ ਦਾ ਮੈਂ ਹੱਥ 'ਚ ਨਹੀਂ ਫੜਿਆ ਅੱਜ ਮੈਂ ਹੱਥ 'ਚ ਵਿੱਚ ਫੜ ਕੇ ਦੇਖਿਆ ਇਹਦਾ ਯਾਰ ਮੈਨੂੰ ਇਹਦਾ ਵੇਟ ਹੈਵੀ ਬਹੁਤ ਲੱਗਦਾ ਨਾ ਅਤੇ ਇਹਦੇ ਸਰ ਵੀ ਦੇਖੋ ਤਕਰੀਬਨ ਖੰਭ ਵੀ ਆਉਣ ਲੱਗ ਗਏ ਜੀ ਇਹਦੇ ਯਾਰ ਇਹਨੂੰ ਹੁਣ ਆਪਾਂ ਇੱਦਾਂ ਕਰਦੇ ਹਾਂ ਇਹ ਕਬੂਤਰ ਨੂੰ ਹੁਣ ਆਪਾਂ ਛਤਰੀ 'ਤੇ ਬੰਨਦਿਆ ਕਰਾਂਗੇ ਕਿਉਂਕਿ ਫਿਰ ਆਪਣੇ ਘਰ ਦਾ ਪੱਕਾ ਹੋ ਜੂਗਾ ਕੋਠੇ 'ਤੇ ਇੱਦਾਂ ਹੀ ਕੋਠੇ ਛੱਡ ਦਿਆ ਕਰੀ ਉੱਪਰ ਕੋਠੇ 'ਤੇ ਛਤਰੀ ਲਾ ਕੇ ਨਾ ਉੱਪਰ ਬਿਠਾਤਾ ਜੱਜਮੈਂਟ ਹੋ ਜੂ ਹਾਂ ਉਹੀ ਫਿਰ ਮੈਂ ਕਹਿਣਾ ਹੁਣ ਆਪਾਂ ਇੱਕ ਕਬੂਤਰ ਨੂੰ ਇੱਦਾਂ ਕਰਿਆ ਕਰਾਂਗੇ ਜੀ ਛਤਰੀ 'ਤੇ ਬਿਠਾਇਆ ਕਰਾਂਗੇ ਅਤੇ ਦੋਨਾਂ ਨੂੰ ਬਿਠਾ ਦਿਆ ਕਰਾਂਗੇ ਨਾ ਕਿਉਂਕਿ ਆਪਾਂ ਉਹ ਵੀ ਉੱਦਾਂ ਅਤੇ ਹੁਣ ਇਹ ਆਪਣਾ ਸੀ ਮੈਂ ਤੁਹਾਨੂੰ ਯਾਰ ਮੁੱਕਦੀ ਗੱਲ ਮੁਕਾ ਦੇਵਾਂ ਅਤੇ ਇਹ ਆ ਜੀ ਆਪਣਾ ਬਾਜੀ ਵਾਲਾ ਕਬੂਤਰ ਇਹਦੀਆਂ ਅੱਖਾਂ ਚੈੱਕ ਕਰੋ ਠੀਕ ਆ ਇੱਧਰਲੀ ਆਹ ਅੱਖ ਇਹਦੀ ਵਾਈਟ ਅਤੇ ਇੱਧਰਲੀ ਅੱਖ ਵੀ ਵਾਈਟ ਆ ਅਤੇ ਜਿਹੜੀ ਉਹ ਕਬੂਤਰੀ ਆ ਉਹ ਕਬੂਤਰੀ ਵੀ ਤੁਸੀਂ ਇਹ ਨਾ ਚੈੱਕ ਕਰ ਚੁੱਕੇ ਹੋ ਉਹਦੀ ਅੱਖਾਂ ਵੀ ਜੋ ਬਾਜੀ ਵਾਲੇ ਕਬੂਤਰ ਨਾਲ ਸੇਮ ਹੁੰਦੀਆਂ ਨੇ ਯਾਰ ਬਾਜੀ ਵਾਲਾ ਕਬੂਤਰ ਹੱਥ ਵਿੱਚ ਫੜ ਕੇ ਐਂ ਲੱਗਦਾ ਵੀ ਹਾਂ ਕੁਛ ਫੜਿਆ ਹੋਇਆ ਬਹੁਤ ਹੈ ਅਤੇ ਇਹਨੂੰ ਆਪਾਂ ਛੱਡ ਕੇ ਦੇਖਦੇ ਹਾਂ ਨਾ ਜੋ ਬਾਜੀ ਵਾਲੇ ਕਬੂਤਰ ਦੀ ਮਹਿਬੂਬਾ ਸੀ ਉਹ ਆ ਗਈ ਯਾਰ ਅਤੇ ਕਿਉਂਕਿ ਬਾਜੀ ਵਾਲਾ ਕਬੂਤਰ ਵੀ ਆਪਣੀ ਮਹਿਬੂਬਾ ਨੂੰ ਬਹੁਤ ਟਾਈਮ ਦਾ ਦੇਖ ਰੇਖ ਕਰਦਾ ਸੀ ਕਿਉਂਕਿ ਮੈਂ ਜਦੋਂ ਵੀ ਆਉਂਦਾ ਸੀ ਨਾ ਬਾਕੀ ਕਬੂਤਰ ਸਾਰੇ ਚੁਸਤ ਹੁੰਦੇ ਸੀ ਹੈ ਨਾ ਅਤੇ ਜਿਹੜਾ ਇਹ ਕਬੂਤਰ ਸੀ ਯਾਰ ਬਾਜੀ ਵਾਲਾ ਕਬੂਤਰ ਇਕੱਲਾ ਹੀ ਸੁਸਤ ਬੈਠਾ ਹੁੰਦਾ ਸੀ ਅਤੇ ਹੁਣ ਮੈਨੂੰ ਲੱਗਦਾ ਇਹ ਵੀ ਥੋੜ੍ਹਾ ਚੁਸਤ ਹੋ ਜੂਗਾ ਯਾਰ ਹੈ ਨਾ ਅਤੇ ਇਹਨੂੰ ਹੁਣ ਆਪਾਂ ਛੱਡਦੇ ਹਾਂ ਠੀਕ ਆ ਅਤੇ ਇਹਦੇ ਵਿੱਚ ਆਪਾਂ ਜੋੜਾ ਇਹਨਾਂ ਦਾ ਲਾ ਲਓ ਦੇਖਦਾ ਯਾਰ ਇਹ ਜਿਹੜਾ ਇਹ ਲੰਬਾ ਦੇਖ ਪਿੱਛੇ ਨੂੰ ਕਿੰਨਾ ਨਾ ਜਿਹੜਾ ਆਪਾਂ ਅੱਜ ਲੈ ਕੇ ਆਉਂਦਾ ਅਤੇ ਇੱਕ ਹੋਰ ਯਾਰ ਮੈਨੂੰ ਐਂ ਇਹ ਵੀ ਯਾਰ ਮੈਨੂੰ ਕਬੂਤਰ ਲੱਗਦਾ ਕਬੂਤਰ ਹੀ ਲੱਗਦਾ ਹੈਨਾ ਅਤੇ ਅਤੇ ਇੱਕ ਹੋਰ ਯਾਰ ਪੰਗਾ ਪੈ ਗਿਆ ਨਾ ਅਤੇ ਜਿਹੜਾ ਬਾਜੀ ਵਾਲਾ ਕਬੂਤਰ ਆਪਾਂ ਫੜਿਆ ਸੀ ਅਤੇ ਜਿਹੜਾ ਆਪਾਂ ਕਬੂਤਰ ਲੈ ਕੇ ਆਉਂਦਾ ਇਹ ਮੈਂ ਤੁਹਾਨੂੰ ਦੱਸਿਆ ਨਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਵੀ ਗਿਰ ਗਿਆ ਸੀ ਆਹ ਵਾਲਾ ਨਾ ਅਤੇ ਇਹ ਆਪਾਂ ਉੱਥੋਂ ਲੈ ਕੇ ਆਉਂਦਾ ਨਾ ਬਾਈ ਨੇ ਆਪਾਂ ਨੂੰ ਫੋਨ ਕਰਿਆ ਅਤੇ ਬਾਈ ਨੇ ਤਾਂ ਕਿਹਾ ਸੀ ਕਬੂਤਰੀ ਆ ਫਿਰ ਮੈਂ ਵੀ ਤੁਹਾਨੂੰ ਉਸ ਹਿਸਾਬ ਨਾਲੇ ਦੱਸ ਤਾ ਗਿਆ ਨਾ ਵੀ ਕਬੂਤਰੀ ਆ ਅਤੇ ਮੈਂ ਤਾਂ ਸੋਚਿਆ ਸੀ ਵੀ ਤਾਂ ਜੋ ਜੋੜਾ ਹੋਊਗਾ ਨਾ ਆਪਾਂ ਬਾਜੀ ਵਾਲੇ ਕਬੂਤਰ ਦੇ ਨਾਲ ਲਾਵਾਂਗੇ ਅਤੇ ਯਾਰ ਦੇਖਣ ਨੂੰ ਵੀ ਕਬੂਤਰੀ ਲੱਗਦੀ ਹੈ ਵੈਸੇ ਲੰਬਾ ਪਿੱਛੇ ਨੂੰ ਬੜੀ ਲੰਬੀ ਹੈ ਨਾ ਕਬੂਤਰੀ ਆ ਯਾਰ ਪਤਾ ਨਹੀਂ ਕਬੂਤਰ ਆ ਇਹ ਹੁਣ ਮੈਂ ਕੁਛ ਨਹੀਂ ਕਹਿ ਸਕਦਾ ਅਤੇ ਜਦੋਂ ਪਾਪਾ ਛੱਡਿਆ ਅਤੇ ਤੁਸੀਂ ਵੀ ਦੇਖਿਆ ਨਾ ਇਹ ਯਾਰ ਗੁੜਕ ਰਿਹਾ ਸੀ ਅਤੇ ਆਪਣਾ ਬਾਜੀ ਵਾਲਾ ਉਹ ਨਹੀਂ ਸੀ ਗੁੜਕ ਰਿਹਾ ਮੈਨੂੰ
ਆਪਾਂ ਦੇਖਦੇ ਹਾਂ ਛੱਡ ਕੇ ਇਹਨੂੰ ਹੁਣ ਤੇ ਯਾਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀ ਜਿਹੜਾ ਇਹ ਆਪਾਂ ਅੱਜ ਲੈ ਕੇ ਆਂਦਾ ਕਬੂਤਰਾ ਜਾਂ ਕਬੂਤਰੀ ਆ ਤੇ ਜਿਹੜਾ ਬਾਜੀ ਵਾਲਾ ਇਹ ਵੀ ਮੈਨੂੰ ਦੁਬਾਰਾ ਦੱਸ ਦਿਓ ਕਿਉਂਕਿ ਤੁਸੀਂ ਪਹਿਲਾਂ ਕਮੈਂਟ ਕਰੇ ਸੀ ਬਾਈ ਇਹ ਕਬੂਤਰਾ 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 ਜਿਵੇਂ ਤੁਸੀਂ ਦੇਖਿਆ ਨਾ ਫਿਰ ਮੈਂ ਵੀ ਅੱਗੇ ਮੈਂ ਸਮਝਿਆ ਮੈਂ ਤੁਹਾਡੀ ਗੱਲ ਮੰਨੀ ਤੇ ਮੈਂ ਇਹਨੂੰ ਫਿਰ ਕਬੂਤਰੇ ਸਮਝਿਆ ਤੇ ਲੱਗਦਾ ਮੈਨੂੰ ਹੁਣ ਵੀ ਕਬੂਤਰੇ ਰਿਹਾ ਕਿਉਂਕਿ ਹੈਵੀ ਆ ਯਾਰ ਬਹੁਤ ਨਾ ਵਜ਼ਨ ਦੇ ਵਿੱਚ ਵੀ ਕਾਫੀ ਹੈਵੀ ਆ ਤੇ ਆਹ ਜਿਹੜਾ ਅੱਜ ਆਪਾਂ ਲੈ ਕੇ ਆਉਂਦਾ ਇਹ ਮੈਨੂੰ ਕਬੂਤਰੀ ਲੱਗ ਪਰ ਇਹ ਵੀ ਅੱਜ ਗੁੜਕਿਆ ਯਾਰ ਆਪਣਾ ਬਾਜੀ ਵਾਲਾ ਕਬੂਤਰ ਨੀ ਗੁੜਕਿਆ ਤੇ ਆਹ ਗੁੜਕਿਆ ਜੇ ਗੁੜਕਿਆ ਹਨਾ ਵੀ ਜਿਹੜਾ ਅੱਜ ਆਪਾਂ ਲੈ ਕੇ ਆਉਂਦੀ ਹੈ ਜਾਂ ਲੈ ਕੇ ਆਉਂਦਾ ਇਹਦੇ ਵਿੱਚ ਮੈਂ ਕੁਛ ਵੀ ਡਿਸਾਈਡ ਨਹੀਂ ਕਰ ਸਕਦਾ ਤੇ ਇੱਦਾਂ ਕਰਦੇ ਇਹਨਾਂ ਨੂੰ ਦੋਨਾਂ ਨੂੰ ਇਹਦੇ ਵਿੱਚ ਛੱਡ ਦਿੰਦੇ ਹਾਂ ਇੱਥੇ ਥਲੇਟਾਂ ਲਾ ਦਿੰਦੇ ਹਾਂ ਨਾ ਥਲੇਟਾਂ ਲਾ ਕੇ ਫਿਰ ਇਹਨਾਂ ਦਾ ਜਿਹੜਾ ਪਿੰਜਰਾ ਪਊਗਾ ਐਂ ਖੜ ਜੂਗਾ ਹਨਾ ਹਨਾ ਕਬੂਤਰੀ ਹੋਈ ਹੈ ਜੇ ਦੋਨੇ ਕਬੂਤਰ ਹੈ ਫਿਰ ਉਹੀ ਤਾਂ ਗੱਲ ਆ ਨਾ ਇਹ ਤਾਂ ਹੁਣ ਆਪਾਂ ਨੂੰ ਆਪਣੇ ਸਬਸਕ੍ਰਾਈਬਰ ਦੱਸਣਗੇ ਤੇ ਇਹ ਹੁਣ ਤੁਸੀਂ ਯਾਰ ਮੈਨੂੰ ਦੱਸ ਦਿਓ ਵੀ ਆ ਦੇ ਗੁੜਕਣਾ ਤੇ ਹੁਣ ਆਪਣਾ ਬਾਜੀ ਵਾਲਾ ਕਬੂਤਰ ਲੱਗਿਆ ਜੀ ਗੁੜਕਣ ਯਾਰ ਇਹ ਤਾਂ ਪੱਕਾ ਕਬੂਤਰ ਆ ਬਾਜੀ ਵਾਲਾ ਤਾਂ ਇਹ ਤਾਂ ਡਿਸਾਈਡ ਹੈ ਵੀ ਇਹਦਾ ਪੱਕਾ ਕਬੂਤਰ ਆ ਤੇ ਆਹ ਕਬੂਤਰੀ ਓ ਆ ਤੇ ਇਹਦਾ ਯਾਰ ਪੱਕਾ ਆਪਾਂ ਨੂੰ ਕਨਫਰਮ ਆ ਯਾਰ ਬਾਜੀ ਵਾਲਾ ਤਾਂ ਕਬੂਤਰ ਹੀ ਆ ਤੇ ਜਿਹੜੀ ਆਹ ਇਹ ਮੈਨੂੰ ਹੁਣ ਲੱਗ ਰਿਹਾ ਵੀ ਕਬੂਤਰੀ ਆ ਕਿਉਂਕਿ ਬਾਜੀ ਵਾਲਾ ਗੁੜ ਕੇ ਆ ਪੂਰਾ ਨਾ ਇਹਨੂੰ ਦੇਖ ਕੇ ਹੁਣ ਥੋੜ੍ਹਾ ਜਿਹਾ ਯਾਰ ਮਸਤ ਜਿਹਾ ਹੋਇਆ ਨਾ ਤੇ ਇਹਨਾਂ ਨੂੰ ਆਪਾਂ ਛੱਡ ਦਿੰਦੇ ਹਾਂ ਯਾਰ ਦੇਖਦੇ ਹਾਂ ਵੀ ਜੋੜਾ ਇਹਨਾਂ ਦਾ ਪੈਂਦਾ ਜਾਂ ਨਹੀਂ ਪੈਂਦਾ ਹੁਣ ਬਾਅਦ ਵਿੱਚ ਪਤਾ ਲੱਗੂਗਾ ਇੱਥੇ ਆਪਾਂ ਥਲੇਟਾਂ ਲਾ ਦਿੰਦੇ ਵੈਸੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦੇਣਾ ਵੀ ਇੱਕ ਦੋ ਦੋ ਗੱਲਾਂ ਤੇ ਤੁਸੀਂ ਮੈਨੂੰ ਦੋ ਗੱਲਾਂ ਦੇ ਕਮੈਂਟ ਕਰਕੇ ਦੱਸ ਦੇਣੇ ਆ ਇੱਕ ਤਾਂ ਇਹ ਵੀ ਇਹ ਕਬੂਤਰ ਜਾਂ ਕਬੂਤਰੀ ਜਿਹੜਾ ਅੱਜ ਆਪਾਂ ਲੈ ਕੇ ਆਉਂਦਾ ਇੱਕ ਕਮੈਂਟ ਇਹ ਹੋ ਗਿਆ ਜੀ ਇੱਕ ਕਮੈਂਟ ਮੈਨੂੰ ਇਹ ਦੱਸ ਦਿਓ ਵੀ ਇਹ ਕਬੂਤਰੀ ਕਿੱਦਾਂ ਦੀ ਹੈ ਜਾਂ ਇਹ ਕਬੂਤਰੀ ਹੈ ਚਾਹੇ ਕਬੂਤਰ ਆ ਵੀ ਕਿੱਦਾਂ ਦਾ ਸੋਹਣਾ ਘੈਂਟ ਆ ਵਧੀਆ ਤੇ ਇੱਕ ਮੈਨੂੰ ਇਹ ਦੱਸ ਦਿਓ ਤੇ ਮੈਨੂੰ ਦੋ ਗੱਲਾਂ ਦੇ ਕਮੈਂਟ ਕਰਕੇ ਦੱਸ ਦਿਓ ਠੀਕ ਆ ਜੀ ਇਹਨੂੰ ਆਪਾਂ ਹੁਣ ਬਾਜੀ ਵਾਲੇ ਆਪਾਂ ਕਬੂਤਰ ਨਾਲ ਲਾਤਾ ਤੇ ਇਹਨੂੰ ਹੁਣ ਇੱਥੇ ਆਪਾਂ ਤੇ ਇੱਥੇ ਇੱਟਾਂ ਲਾਉਣ ਤੋਂ ਰਹਿ ਗਈਆਂ ਤੇ ਇੱਟਾਂ ਨੇ ਹਨਾ ਜੋ ਅਸੀਂ ਲਾ ਦਿੰਦੇ ਹਾਂ ਫਿਰ ਇਹਦਾ ਜੋ ਪਿੰਜਰਾ ਹੋਊਗਾ ਯਾਰ ਸਿੱਧਾ ਹੋ ਜੂਗਾ ਤੇ ਹੁਣ ਇੱਕ ਆਪਣਾ ਕਬੂਤਰ ਰਹਿ ਗਿਆ ਉਹਦੇ ਲਈ ਵੀ ਮਿਲ ਗਈ ਜੀ ਆਹ ਕਬੂਤਰ ਰਹਿ ਗਿਆ ਜੀ ਇਹਦੀ ਮੈਂ ਬੂਬਾ ਇਹਦੇ ਲਈ ਆਪਾਂ ਜਲਦੀ ਲੈ ਕੇ ਆਵਾਂਗੇ ਕਿਉਂਕਿ ਮੈਨੂੰ ਇਹ ਹੁੰਦਾ ਨਾ ਵੀ ਕੋਈ ਸੋਹਣੀ ਜੀ ਕਬੂਤਰੀ ਮਿਲੇ ਯਾਰ ਐਨ ਵਧੀਆ ਜਿੱਦਾਂ ਇਹ ਕਬੂਤਰੀ ਹੈ ਨਾ ਲੰਬੀ ਪਿੱਛੇ ਨੂੰ ਬਹੁਤ ਲੱਗੀ ਮੈਨੂੰ ਤੇ ਹਨਾ ਜਿੱਦਾਂ ਦੀ ਇਹ ਕਬੂਤਰੀ ਇੱਦਾਂ ਦੀ ਹੀ ਕਬੂਤਰੀ ਇਹਦੇ ਨਾਲ ਆਪਾਂ ਜੋ ਇਹਦੀ ਮਹਿਬੂਬਾ ਵਧੀਆ ਕਬੂਤਰੀ ਬਣਾਵਾਂਗੇ ਐਨ ਘੈਂਟ ਜੀ ਕਬੂਤਰੀ ਬਣਾਵਾਂਗੇ ਠੀਕ ਹੈ ਯਾਰ ਤੇ ਆਪਣਾ ਕੰਮ ਇੱਕ ਰਹਿ ਗਿਆ ਜੀ ਇਹਦੇ ਥੱਲੇ ਇੱਟਾਂ ਲਾਉਣੀਆਂ ਠੀਕ ਆ ਤੇ ਇੱਕ ਆਹ ਬੰਦ ਕਰਨਾ ਕਿਉਂਕਿ ਇਹਦੇ ਵਿੱਚ ਜੀ ਨਾ ਜਿਹੜੀ ਆਪਣੇ ਮੁਰਗੀ ਨਿਕਲੇ ਆਉਂਦੀ ਆ ਕਿਉਂਕਿ ਅੱਜ ਤਾਂ ਕੁਛ ਮੌਸਮ ਠੰਡਾ ਤੇ ਅੱਜ ਮੌਸਮ ਬਹੁਤ ਵਧੀਆ ਯਾਰ ਮੌਸਮ ਬਹੁਤ ਠੰਡਾ ਨਾ ਅੱਗੇ 15 ਅਗਸਤ ਨੂੰ ਮੀਂਹ ਪੈ ਜਾਂਦਾ ਤੇ ਦੇਸ਼ ਆਜ਼ਾਦ ਹੋਏ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹੱਸਦੇ ਰਹੋ ਕੱਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਠੀਕ ਆ ਤੇ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰ ਦਿੰਦੇ ਹਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਯਾਰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਆ ਕਿਉਂਕਿ ਯਾਰ ਕਰ ਲਓ ਯਾਰ ਸਬਸਕ੍ਰਾਈਬ ਵਧੀਆ ਜਿਹਾ ਹੋ ਜਾਂਦਾ ਨਾ ਫਿਰ ਮੈਨੂੰ ਵੀ ਹੌਸਲਾ ਜਿਹਾ ਹੋ ਜਾਂਦਾ ਵੀ ਜੋ ਆਪਣੇ ਸਬਸਕ੍ਰਾਈਬਰ ਨੇ ਅਪ ਹੁੰਦੇ ਜਾਂਦੇ ਆ ਦਿਨੋਂ ਦਿਨ ਅਪ ਹੁੰਦੇ ਜਾਂਦੇ ਤੇ ਬਾਕੀ ਤੁਸੀਂ ਸਪੋਰਟ ਮੈਨੂੰ ਬਹੁਤ ਜ਼ਿਆਦਾ ਕਰ ਰਹੇ ਹੋ ਯਾਰ ਛੋਟੀ ਛੋਟੀ ਗੱਲ ਤੁਸੀਂ ਮੈਨੂੰ ਦੱਸਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ।